ਕੁਲਦੀਪ ਨੇ ਜਿਹੜਾ ਹੈਗਾ ਥੱਲੇ ਜੋ ਬੇਅਦਬੀ ਦੇ ਮਸਲੇ ਹੈ ਉਹਨਾਂ ਵਿੱਚ ਪੀਓ ਸੀ। ਪੀਓ ਹੋਣ ਕਾਰਨ ਇਹਦੇ 'ਤੇ ਤਿੰਨ ਮੁਕੱਦਮੇ, ਉਹ ਤਿੰਨ ਕੇਸਾਂ ਨਾਲ ਰਿਲੇਟਡ ਪੀਓ ਦੇ ਵੀ ਹੈ। 174 ਦੇ ਆਪਾਂ ਇਸ ਨੂੰ ਗ੍ਰਿਫਤਾਰ ਕੀਤਾ ਸੀ ਔਰ ਗ੍ਰਿਫਤਾਰ ਕਰਕੇ ਇਹ ਤਿੰਨ ਕੇਸ ਜਿਹੜੇ 174 ਦੇ ਆ, ਜਿਹਦੇ ਵਿੱਚ ਭਗੌੜਾ ਹੋ ਗਿਆ ਸੀ ਕੋਰਟ ਦੇ ਆਰਡਰ ਨਾਲ, 174 ਦੇ ਜਿਹੜੇ ਪਰਚੇ ਦਰਜ ਹੁੰਦੇ ਉਹਨਾਂ 'ਚ ਆਪਾਂ ਨੇ ਅਰੈਸਟ ਕਰ ਲਿਆ। ਅਰੈਸਟ ਕਰਕੇ ਇਹਦੇ 'ਚ ਦੋ ਹੋਰ ਪੀਓ ਹੈਗੇ ਆ, ਉਹਨਾਂ ਤਿੰਨੇ ਬੇਅਦਬੀ ਕੇਸਾਂ ਨਾਲ ਰਿਲੇਟਡ ਹਰਸ਼ ਭੂਰੀ ਅਤੇ ਦੀਪਕ ਰੇਟਾ। ਇਹਨੂੰ ਅਸੀਂ ਉਸਦੀ ਪੁੱਛਗਿੱਛ ਕਰ ਰਹੇ ਸੀ ਵੀ ਸਾਡੇ ਬਾਕੀ ਦੋ ਪੀਓ ਵੀ ਫੜੇ ਜਾਣ, ਇਸ ਕਰਕੇ ਅੱਜ ਸਾਨੂੰ ਦੋ ਦਿਨ ਦਾ ਰਿਮਾਂਡ ਅਸੀਂ 4 ਦਿਨ ਦਾ ਮੰਗਿਆ ਸੀ, ਹੁਣ ਵੀ ਦੋ ਦਿਨ ਦਾ ਰਿਮਾਂਡ ਸਾਨੂੰ ਮਿਲ ਗਿਆ। ਹੁਣ ਤੱਕ ਦੀ ਪੁੱਛਗਿੱਛ ਕੁਛ ਸਾਹਮਣੇ ਆਇਆ? ਐਕਚੁਅਲੀ ਇਹ ਤਾਂ ਐਕਚੁਅਲੀ ਹਰ ਇੱਕ ਦੋਸ਼ੀ ਕਹਿ ਰਿਹਾ ਹੀ ਆ, ਅੱਜ ਤੱਕ ਤਾਂ ਇਹੀ ਕਹਿ ਰਿਹਾ ਕਿ ਉਹਨਾਂ ਦੋਨਾਂ ਨਾਲ ਮੇਰਾ ਟੱਚ ਹੈ ਨਹੀਂ, ਲੇਕਿਨ ਹੁਣ ਫਿਰ ਹੋਰ ਟਰਾਈ ਕਰਾਂਗੇ, ਸ਼ਾਇਦ ਸਾਨੂੰ ਸਫਲਤਾ ਮਿਲ ਜਾਏਗੀ, ਕੋਈ ਚੰਗਾ ਰਿਜ਼ਲਟ।